तेरी पूजा है तिल पर तला
سوالی صدا کر رہے ہیں جاہلی بادشاہ نے جدو قافلہ نزدیک آئے ہیں خموشی ہاتھ جوڑ کے میں نے عرض کی تھی یا علی تیری جوڑی جی میں روٹی دا سوالی نال غلام غلام دا نام کمبر حیدر قرار دی ذات فرمایا کمبر جی حکم وار سے ممبر برادر پیمبر منگن والے سوالی نو روٹی دیو کمبر عرض کردے نے مولا روٹی تے دسترخوان چ علی بادشاہ فرمایا نو دسترخوان دے دیو کمبر عرض کیتی مولا دسترخوان تے اونٹ دے وے جا علی سرکار فرمایا نو اونٹ دے دیو کمبر عرض کیتی مولا اونٹ تے ستر اونٹاں دی قطار ویچے علی بادشاہ فرمایا نو قطار ہی دے دیو کمبر چھال ماری سائڈ تے ہو کے مولا فرمایا کمبر تسی کیوں سائڈ تے ہوئے ہو کمر عرض کرتے نے مولا رحمت دا دریا جوش وچ کتے مینوں وی وچ نہ بخش دے انا کہدا منگی روٹی اے
ਦਿੱਤੀ ਰੱਸੀ ਮੈਂ ਤੇ ਸੁਣਿਆ ਸੀ ਅਲੀ ਸਖੀ ਬੜਾ ਜਨਾਬੇ ਕੰਬਰ ਫਰਮਾਇਆ ਅੰਨਿਆ ਅੰਨੇ ਦਾ ਅੰਨਾ ਹੀ ਰਿਹਾ ਅਲੀ ਬਾਦਸ਼ਾਹ ਤੇ ਤੈਨੂੰ ਉਹ ਖਜ਼ਾਨਾ ਤਾਕ ਕੀਤਾ ਤਾਂ ਕਿਆਮਤ ਖਾਵੇ ਨਾ ਖਤਮ ਹੋਵੇ ਕਹਿਣ ਲੱਗਾ ਯਾ ਅਲੀ ਨੇ ਮੈਨੂੰ ਖਜ਼ਾਨਾ ਦਿੱਤਾ ਮੇਰੇ ਕਿਸ ਕੰਮ ਮੈਂ ਅੱਖਾਂ ਤੋਂ ਇੰਨਾ ਵਾਂ ਜਾਂ ਅਲੀ ਸਖੀ ਤੇ ਮੈਨੂੰ ਅੱਖਾਂ ਵੀ ਅਤਾ ਕਰੇ ਅਲੀ ਸਖੀ ਤੇ ਮੈਨੂੰ ਅੱਖਾਂ ਵੀ ਅਤਾ ਕਰੇ ਯਾ ਅਲੀ ਬਾਦਸ਼ਾਹ ਫਰਮਾਇਆ ਕਮਰ ਜੀ ਮੌਲਾ ਇਹੀ ਰੱਸੀ ਦੀ ਅੱਖਾਂ ਨਾਲ ਮਸ ਕਰੋ ਅੱਖਾਂ ਨਾਲ ਮਸ ਕੀਤੀ ਚਾਨਣ ਹੋ ਗਿਆ ਫਰਮਾਇਆ ਜਾ ਤੈਨੂੰ ਅੱਖਾਂ ਵੀ ਅਤਾ ਕੀਤੀਆਂ ਖਜ਼ਾਨਾ ਵੀ ਤੈਨੂੰ ਉਹ ਅਤਾ ਕੀਤਾ ਤਾਂ ਕਿਆਮਤ ਖਾਵੇ ਨਾ ਖਤਮ ਹੋਵੇ ਤੇ ਤੈਨੂੰ ਲੱਖਾਂ ਦਾ ਦਾਤਾ ਵੀ ਕੀਤਾ ਲੱਖਾਂ ਦਾ ਦਾਤਾ ਕੌਣ ਹੋਇਆ ਸਖੀ ਸਰਵਰ ਲਾਲਾਣੀ ਸਰਕਾਰ ਉਹਨਾਂ ਵੀ ਹੱਥ ਬੰਨ ਕੇ ਕਹਿ ਤੇ ਮੇਰੇ ਬਾਬਾ ਜੀ ਗੁਲਾਮ ਮੁਹੰਮਦ ਸਰਕਾਰ ਵੀ ਕਹਿ ਕਿ ਵੱਡਾ ਲੱਜ ਪਾ ਸੱਤਰ ਉੱਠਾਂ ਦੀ ਕਤਾਰ ਦੇ ਦਿੱਤੀ ਏਡਾ ਵੱਡਾ ਸਖੀ
ਪਾਤਸ਼ਾਹ ਦੇ ਅੱਗੇ ਹੱਥ ਬੰਨ ਕੇ ਕਹਿੰਦਾ ਕਿ ਸੋਹਣਾ ਮੇਰਾ ਮਾਲ ਸੋਹਣਾ ਮੇਰਾ ਮੁਹੰਮਦ ਸਰਕਾਰ ਅੱਜ ਤੇਰਾ ਬੇੜਾ ਏ